ਮੇਰਾ ਨਾਮ ਹੈ ਜੀ ਰਿਜੇਸ਼ ਕੁਮਾਰ ਤੇ ਮੈਂ ਦੁਨੀਆ ਦਾ ਪਹਿਲਾ ਬੰਦਾ ਬਣਨ ਜਾ ਰਿਹਾ ਜੋ ਕਸ਼ਮੀਰ ਤੋਂ ਕਨਿਆ ਕੁਮਾਰੀ ਇਲੈਕਟ੍ਰਿਕ ਸਾਈਕਲ ਤੇ ਕਰ ਰਿਹਾ ਤੇ ਮੇਰਾ ਜੋ ਮੋਟੋ ਹੈ ਉਹ ਹੈ ਇਲੈਕਟ੍ਰਿਕ ਅਪਣਾਓ ਤੇ ਪਰਿਆਵਰਣ ਬਚਾਓ ਤੇ ਦੂਸਰਾ ਹੈ ਆਰਗੈਨਿਕ ਖਾਓ ਤੇ ਸਿਹਤ ਆਪਣੀ ਸਿਹਤ ਨੂੰ ਬਚਾਓ ਠੀਕ ਹੈ ਜੀ ਤੇ ਇਹ ਯਾਤਰਾ ਮੈਂ ਸ਼ੁਰੂ ਕੀਤੀ ਸੀ ਸ਼੍ਰੀਨਗਰ ਦੇ ਲਾਲ ਚੌਂਕ ਤੋਂ ਤੇ ਖਤਮ ਹੋਏਗੀ ਕਨਿਆ ਕੁਮਾਰੀ ਪੀਰ ਤੱਕ ਠੀਕ ਹੈ ਜੀ ਇਹ ਕੋਈ 4000 ਤੋਂ 4500 ਕਿਲੋਮੀਟਰ ਦਾ ਸਫ਼ਰ ਹੋਏਗਾ ਤੇ ਇਹਦੇ ਵਿੱਚ ਬਸ ਤੁਹਾਡੇ ਸਾਹਮਣੇ ਮੈਂ ਬਸ ਲੋਕਾਂ ਨੂੰ ਜਾਗਰੂਤ ਕਰਦਾ ਜਾ ਰਿਹਾ ਤੇ ਬਹੁਤ ਹੀ ਭਰਮਾ ਹੁੰਗਾਰਾ ਜੋ ਲੋਕਾਂ ਦਾ ਉਹ ਮੈਨੂੰ ਦੇਖਣ ਨੂੰ ਮਿਲ ਰਿਹਾ ਜੀ ਦੇਖੋ ਜੀ ਮੈਂ ਤੇ ਕਹਿੰਦਾ ਜੇ ਮੈਂ 10 ਬੰਦੇ ਜਾਂ ਇੱਕ ਬੰਦਾ ਵੀ ਕਰਤਾ ਨਾ ਜੀ ਜੇ ਮੇਰੇ ਨਾਲ ਇੱਕ ਵੀ ਪ੍ਰੇਰਿਤ ਹੋ ਗਿਆ ਤੇ ਮੇਰੇ ਲਈ ਉਹ ਵੀ ਬਹੁਤ ਜ਼ਿਆਦਾ ਹੈ ਤੇ ਮੈਨੂੰ ਲੱਗਦਾ ਕਿ ਇੱਕ ਨਹੀਂ ਕਈ ਹਜ਼ਾਰਾ ਪ੍ਰੇਰਿਤ ਕਰਕੇ ਜਾਊਂਗਾ ਕਰਦੇ ਤੇ ਮੇਰੇ ਕ੍ਰੇਜ਼ੀ ਆਈਡੀਆ ਉਹ ਇੱਕ ਵਾਰ ਤੇ ਘਰ ਦੇ ਨੂੰ ਹਰ ਇੱਕ ਨੂੰ ਫਿਕਰ ਹੁੰਦਾ ਜੀ ਉਹਦੇ ਕਹਿੰਦੇ ਆ ਵੀ ਨਾ ਕਰ ਜਾਂ ਫਿਰ ਜਿੱਦਾਂ ਵੀ ਆ ਪਰ ਜਦੋਂ ਉਹਨਾਂ ਨੂੰ ਮੈਂ ਆਈਡੀਆ ਦਾ ਸਮੇਂ ਦੱਸਿਆ ਵੀ ਲੋਕਾਂ ਨੂੰ ਕੀ ਮੈਂ ਦੱਸਣਾ ਚਾਹਨਾ ਵਾਂ ਤੇ ਉਹਨਾਂ ਨੇ ਮੈਨੂੰ ਫੁੱਲ ਸਪੋਰਟ ਕੀਤੀ ਹੈ ਜੀ ਤੇ ਮੇਰੀ ਘਰ ਦੀ ਨੇ ਮੇਰੀ ਜੋਬ ਸੰਭੀ ਹੈ ਜੀ ਠੀਕ ਹੈ ਜੀ ਤੇ ਬਸ ਉਹਨਾਂ ਦੇ ਉਹਨਾਂ ਦੇ ਸਪੋਰਟ ਬਿਨਾ ਹੋ ਨਹੀਂ ਸਕਦਾ ਸੀ ਤੇ ਇਹ ਉਹਨਾਂ ਦੇ ਸਪੋਰਟ ਦੇ ਨਾਲ ਹੀ ਹੈ ਕਿੰਨਾ ਸਮਾਂ ਸਿਕਲਿੰਗ ਕਰਦੇ ਹੋ ਤੇ ਕਿੰਨੇ ਕਿਲੋਮੀਟਰ ਦਾ ਕਰਦੇ ਸਰ ਸਮਾਂ ਲਗਭਗ 12 ਘੰਟੇ ਚ ਮੈਂ 100 ਕਿਲੋਮੀਟਰ ਕਰਦਾ ਹਾਂ ਤੇ ਪਰ 12 ਘੰਟੇ ਚ ਕੀ ਹੁੰਦਾ ਕਿ ਕਾਫੀ ਲੋਕਾਂ ਨੂੰ ਰੋਕ ਰੋਕ ਕੇ ਮੈਂ ਜਾਗਰੂ ਕਰਦਾ ਤੇ ਲਗਭਗ ਤੁਸੀਂ ਕਰੋ ਲਗਾਤਾਰ ਸਾਈਕਲਿੰਗ ਤੇ 6 ਤੋਂ 7 ਘੰਟੇ ਹੀ ਹੁੰਦੀ ਹੈ ਉਸ ਤੋਂ ਬਾਅਦ ਸਾਰਾ ਜਿਹੜਾ ਹੁੰਦਾ ਲੋਕਾਂ ਨੂੰ ਜਾਗਰੂਕ ਕਰਨ ਤੇ ਆਪਣੇ ਖਾਣ ਪੀਣ ਚ ਨਿਕਲ ਜਾਂਦਾ ਹੈ ਪਰਿਵਾਰ ਵਿੱਚ ਕੋਲ ਕੋਣ ਕਰ ਪਰਿਵਾਰ ਚ ਮੰਮੀ ਡੈਡੀ ਦਾਦੀ ਹੈ ਦੋ ਭੈਣਾਂ ਨੇ ਤੇ ਮੇਰੀ ਵਾਈਫ ਦਾਦੀ ਬਿਮਾਰ ਤੇ ਹੈਗੇ ਨੇ ਪਰ ਦਾਦੀ ਵੀ ਕਹਿੰਦੇ ਨੇ ਵੀ ਤੂੰ ਆਪਣੇ ਖੁਆਬ ਜਿਹੜੇ ਨੇ ਆਪਣੀ ਜੇ ਖੁਆਇਸ਼ਾਂ ਜੋ ਆਪਣਾ ਮਕਸਦ ਆ ਉਹਦੇ ਚ ਤੂੰ ਸਫਲ ਰਹੇ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਹੀ ਨਿਕਲਿਆ ਜੀ ਮੈਂ ਨੌਜਵਾਨਾਂ ਨੂੰ ਮੇਰੀ ਅਪੀਲ ਹੈ ਕਿ ਕਟੋ-ਕਟ ਆਪਣੇ ਲੋਕਲ ਚਲਾਨ ਲਈ ਸਾਈਕਲ ਲਓ ਤਾਂ ਜੋ ਤੁਹਾਡੀ ਵੀ ਸਿਹਤ ਬਣੀ ਰਹੇ ਠੀਕ ਹੈ ਜੀ ਸਿਹਤ ਬਣੀ ਰਹੇਗੀ ਤੇ ਅੱਗੇ ਆਪਾਂ ਆਪਣੇ ਦੇਸ਼ ਦੇ ਯੋਗਦਾਨ 'ਚ ਵੀ ਹੱਥ ਪਾਵਾਂਗੇ ਨਹੀਂ ਤਾਂ ਨਾ ਤੇ ਆਪਣੀ ਤਰੱਕੀ ਨਾ ਦੇਸ਼ ਦੀ ਤਰੱਕੀ ਮੇਰਾ ਨਾਮ ਹੈ ਜੀ ਰਿਜੇਸ਼ ਕੁਮਾਰ ਤੇ ਮੈਂ ਦੁਨੀਆ ਦਾ ਪਹਿਲਾ ਬੰਦਾ ਬਣਨ ਜਾ ਰਿਹਾ ਜੋ ਕਸ਼ਮੀਰ ਤੋਂ ਕਨਿਆ ਕੁਮਾਰੀ ਇਲੈਕਟ੍ਰਿਕ ਸਾਈਕਲ ਤੇ ਕਰ ਰਿਹਾ ਤੇ ਮੇਰਾ ਜੋ ਮੋਟੋ ਹੈ ਉਹ ਹੈ ਇਲੈਕਟ੍ਰਿਕ ਅਪਣਾਓ ਤੇ ਪਰਿਆਵਰਣ ਬਚਾਓ ਤੇ ਦੂਸਰਾ ਹੈ ਆਰਗੇਨਿਕ ਖਾਓ ਤੇ ਸਿਹਤ ਆਪਣੀ ਸਿਹਤ ਨੂੰ ਬਚਾਓ ਠੀਕ ਹੈ ਜੀ ਤੇ ਅਹ ਸ਼ੁਰੂ ਕੀਤੀ ਤੇ ਖਤਮ ਹੋਏਗੀ ਇਹ ਯਾਤਰਾ ਮੈਂ ਸ਼ੁਰੂ ਕੀਤੀ ਸੀ ਸ਼੍ਰੀਨਗਰ ਦੇ ਲਾਲਚੌਂਗ ਤੋਂ ਤੇ ਖਤਮ ਹੋਏਗੀ ਕੰਨਿਆ ਕੁਮਾਰੀ ਪੀਰ ਤੱਕ ਠੀਕ ਹੈ ਜੀ ਇਹ ਕੋਈ 4000 ਤੋਂ 4500 ਕਿਲੋਮੀਟਰ ਦਾ ਸਫ਼ਰ ਹੋਏਗਾ ਤੇ ਇਹਦੇ ਵਿੱਚ ਬਸ ਤੁਹਾਡੇ ਸਾਹਮਣੇ ਮੈਂ ਬਸ ਲੋਕਾਂ ਨੂੰ ਜਾਗਰੂਤ ਕਰਦਾ ਜਾ ਰਿਹਾ ਤੇ ਬਹੁਤ ਹੀ ਭਰਮਾ ਹੁੰਗਾਰਾ ਜੋ ਲੋਕਾਂ ਦਾ ਉਹ ਮੈਨੂੰ ਦੇਖਣ ਨੂੰ ਮਿਲ ਰਿਹਾ ਜੀ ਦੇਖੋ ਜੀ ਮੈਂ ਤੇ ਕਹਿੰਦਾ ਜੇ ਮੈਂ 10 ਬੰਦੇ ਜਾਂ ਇੱਕ ਬੰਦਾ ਵੀ ਕਰਤਾ ਨਾ ਜੀ ਜੇ ਮੇਰੇ ਨਾਲ ਇੱਕ ਵੀ ਪ੍ਰੇਰਿਤ ਹੋ ਗਿਆ ਤੇ ਮੇਰੇ ਲਈ ਉਹ ਵੀ ਬਹੁਤ ਜ਼ਰਾ ਹੈ ਤੇ ਮੈਨੂੰ ਲੱਗਦਾ ਕਿ ਇੱਕ ਨਹੀਂ ਕਈ ਹਜ਼ਾਰਾ ਪ੍ਰੇਰਿਤ ਕਰਕੇ ਜਾਊਗਾ ਘਰ ਦੇ ਤੇ ਮੇਰੇ ਕ੍ਰੇਜ਼ੀ ਆਈਡੀਆ ਉਹ ਇੱਕ ਵਾਰ ਤੇ ਘਰ ਦੇ ਨੂੰ ਹਰ ਇੱਕ ਨੂੰ ਫਿਕਰ ਹੁੰਦਾ ਜੀ ਉਹਦੇ ਕਹਿੰਦੇ ਆ ਵੀ ਨਾ ਕਰ ਜਾਂ ਫਿਰ ਜਿੱਦਾਂ ਵੀ ਹੈ ਪਰ ਜਦੋਂ ਉਹਨਾਂ ਨੂੰ ਮੈਂ ਆਈਡੀਆ ਦਾ ਸਮੇਂ ਦੱਸਿਆ ਵੀ ਲੋਕਾਂ ਨੂੰ ਕੀ ਮੈਂ ਦੱਸਣਾ ਚਾਹਨਾ ਵਾਂ ਤੇ ਉਹਨਾਂ ਨੇ ਮੈਨੂੰ ਫੁੱਲ ਸਪੋਰਟ ਕੀਤੀ ਹੈ ਜੀ ਤੇ ਮੇਰੀ ਘਰ ਦੀ ਨੇ ਮੇਰੀ ਜੋਬ ਸੰਭੀ ਹੈ ਜੀ ਠੀਕ ਹੈ ਜੀ ਤੇ ਬਸ ਉਹਨਾਂ ਦੇ ਉਹਨਾਂ ਦੇ ਸਪੋਰਟ ਬਿਨਾ ਹੋ ਨਹੀਂ ਸਕਦਾ ਸੀ ਤੇ ਇਹ ਉਹਨਾਂ ਦੇ ਸਪੋਰਟ ਦੇ ਨਾਲ ਹੀ ਹੈ ਕਿੰਨਾ ਸਮਾਂ ਸਾਈਕਲਿੰਗ ਕਰਦੇ ਹੋ ਤੇ ਕਿੰਨੇ ਕਿਲੋਮੀਟਰ ਦਾ ਸਰ ਸਮਾਂ ਲਗਭਗ 12 ਘੰਟੇ ਜੇ ਮੈਂ 100 ਕਿਲੋਮੀਟਰ ਕਰਦਾ ਤਾਂ ਪਰ 12 ਘੰਟੇ ਚ ਕੀ ਹੁੰਦਾ ਕਿ ਕਾਫੀ ਲੋਕਾਂ ਨੂੰ ਰੋਕ ਰੋਕ ਕੇ ਮੈਂ ਜਾਗਰੂ ਕਰਦਾ ਤੇ ਲਗਭਗ ਜੇ ਤੁਸੀਂ ਕਰੋ ਲਗਾਤਾਰ ਸਾਈਕਲਿੰਗ ਤੇ 6 ਤੋਂ 7 ਘੰਟੇ ਹੀ ਹੁੰਦੀ ਹੈ ਉਸ ਤੋਂ ਬਾਅਦ ਸਾਰਾ ਜਿਹੜਾ ਹੁੰਦਾ ਲੋਕਾਂ ਨੂੰ ਜਾਗਰੂ ਕਰਨ ਤੇ ਆਪਣੇ ਖਾਣ ਪੀਣ ਚ ਨਿਕਲ ਜਾਂਦਾ ਪਰਿਵਾਰ ਵਿੱਚ ਕੋਣ ਕੋਣ ਪਰਿਵਾਰ ਚ ਮੰਮੀ ਡੈਡੀ ਦਾਦੀ ਹੈ ਦੋ ਭੈਣਾਂ ਨੇ ਤੇ ਮੇਰੀ ਵਾਈਫ ਦਾਦੀ ਬਿਮਾਰ ਤੇ ਹੈਗੇ ਨੇ ਪਰ ਦਾਦੀ ਵੀ ਕਹਿੰਦੇ ਨੇ ਵੀ ਤੂੰ ਆਪਣੇ ਖੁਆਬ ਜਿਹੜੇ ਨੇ ਆਪਣੀ ਜੇ ਖੁਆਇਸ਼ਾਂ ਜੋ ਆਪਣੇ ਮਕਸਦ ਆ ਉਹਦੇ ਚ ਤੂੰ ਸਫਲ ਰਹੇ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਹੀ ਨਿਕਲਿਆ ਜੀ ਮੈਂ ਨੌਜਵਾਨਾਂ ਨੂੰ ਮੇਰੀ ਅਪੀਲ ਹੈ ਕਿ ਕਟੋ-ਕਟ ਆਪਣੇ ਲੋਕਲ ਚਲਾਨ ਲਈ ਸਾਈਕਲ ਲਓ ਤਾਂ ਜੋ ਤੁਹਾਡੀ ਵੀ ਸਿਹਤ ਬਣੀ ਰਹੇ ਠੀਕ ਹੈ ਜੀ ਸਿਹਤ ਬਣੀ ਰਹੇਗੀ ਤੇ ਅੱਗੇ ਆਪਾਂ ਆਪਣੇ ਦੇਸ਼ ਦੇ ਯੋਗਦਾਨ 'ਚ ਵੀ ਹੱਥ ਪਾਵਾਂਗੇ ਨਹੀਂ ਤਾਂ ਨਾ ਤੇ ਆਪਣੀ ਤਰੱਕੀ ਨਾ ਦੇਸ਼ ਦੀ ਤਰੱਕੀ